ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਸਾਰੇ ਬਹੁਤ ਵਧੀਆ ਹੋਣਗੇ ਅਤੇ ਅੱਜ ਦੀ ਇਹ ਜਿਹੜੀ ਵੀਡੀਓ ਆ ਆਰ ਆਰ ਐਸ ਪੀ ਦੇ ਰਿਗਾਰਡਿੰਗ ਹੈ ਆਰ ਆਰ ਐਸ ਪੀ ਜਿਹੜੀ ਕੀ ਆ ਰਜਿਸਟਰਡ ਰਿਟਾਇਰਮੈਂਟ ਸੇਵਿੰਗਸ ਪਲੈਨ ਹੈ ਇਹ ਪਲੈਨ ਜਿਹੜਾ ਕੈਨੇਡਾ ਗਵਰਨਮੈਂਟ ਪ੍ਰੋਵਾਈਡ ਕਰਦੀ ਹੈ ਇਸ ਪਲੈਨ ਦੇ ਅਕੋਰਡਿੰਗ ਕੀ ਆ ਇੱਕ ਤਾਂ ਆਪਾਂ ਜਿਹੜੀ ਆਪਣੀ ਰਿਟਾਇਰਮੈਂਟ ਪਲੈਨਿੰਗ ਜਿਹੜੀ ਉਹ ਕਰ ਸਕਦੇ ਹਾਂ ਰਿਟਾਇਰਮੈਂਟ ਦੇ ਲਈ ਇਨਵੈਸਟ ਕਰ ਸਕਦੇ ਹਾਂ ਅਤੇ ਦੂਜਾ ਕੀ ਆ ਆਪਾਂ ਆਪਣਾ ਇਨਕਮ ਟੈਕਸ ਸੇਵ ਕਰਨ ਦੇ ਲਈ ਇਨਕਮ ਟੈਕਸ ਜਿਹੜਾ ਆ ਉਹ ਸੇਵ ਕਰ ਸਕਦੇ ਹਾਂ ਜੇ ਕਿਉਂਕਿ ਸਾਨੂੰ ਕਈਆਂ ਨੂੰ ਜੀ ਆਰ ਐਂਡ 'ਤੇ ਕਾਫੀ ਸਾਰਾ ਟੈਕਸ ਜਿਹੜਾ ਉਹ ਪੇ ਕਰਨਾ ਪੈਂਦਾ ਹੈ ਅਤੇ ਕਈ ਜਿਹੜੇ ਹੁੰਦੇ ਨੇ ਉਹਨਾਂ ਨੂੰ ਰਿਫੰਡ ਜਿਹੜਾ ਘੱਟ ਮਿਲਦਾ ਹੈ ਅਤੇ ਇਸ ਵੇ ਦੇ ਨਾਲ ਤੁਸੀਂ ਆਪਣਾ ਆਰ ਆਰ ਐਸ ਪੀ ਦੇ ਵਿੱਚ ਇਨਵੈਸਟ ਕਰਕੇ ਜਿੰਨਾ ਵੀ ਤੁਸੀਂ ਪੈਸਾ ਜਿਹੜਾ ਆ ਇਨਵੈਸਟ ਕਰੋਗੇ ਆਰ ਆਰ ਐਸ ਪੀ 'ਚ ਉਹ ਤੁਹਾਡੀ ਇਨਕਮ ਦੇ ਵਿੱਚੋਂ ਜਿਹੜਾ ਆ ਉਹ ਲੈਸ ਹੋ ਜਾਏਗਾ ਅਤੇ ਜਿੰਨਾ ਅਮਾਊਂਟ ਜਿਹੜਾ ਪਿੱਛੇ ਬਚੇਗਾ ਉਹ ਤੁਹਾਡੀ ਇਨਕਮ ਕਾਊਂਟ ਹੋਏਗੀ ਅਤੇ ਤੁਹਾਡਾ ਜਿਹੜਾ ਟੈਕਸ ਜਿਹੜਾ ਆ ਤੁਹਾਨੂੰ ਉਸ ਇਨਕਮ 'ਤੇ ਦੇਣਾ ਪਏਗਾ ਅਤੇ ਹੋਰ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਵਧੀਆ ਵੀ ਹੈ ਕਿ ਫਸਟ ਟਾਈਮ ਹੋਮ ਬਾਇਰ ਨੇ ਜਿਹੜੇ ਜਿਨ੍ਹਾਂ ਨੇ ਫਸਟ ਟਾਈਮ ਘਰ ਲੈਣਾ ਹੁੰਦਾ ਆ ਉਹਨਾਂ ਦੇ ਲਈ ਆਰ ਆਰ ਐਸ ਪੀ ਜਿਹੜੀ ਹੈ ਇੱਕ ਬਹੁਤ ਵਧੀਆ ਵੇ ਹੈ ਇਹ ਸੇਵਿੰਗਸ ਦੇ ਲਈ ਇਨਵੈਸਟਮੈਂਟ ਦੇ ਲਈ ਕਿਉਂਕਿ ਮੋਸਟਲੀ ਕੀ ਹੁੰਦਾ ਹੈ ਕਿ ਜਦੋਂ ਵੀ ਤੁਸੀਂ ਆਪਣਾ ਆਰ ਆਰ ਐਸ ਪੀ ਦੇ ਵਿੱਚੋਂ ਆਪਣਾ ਪੈਸਾ ਵਿਦਡਰੋਅ ਕਰਵਾਉਣਾ ਹੁੰਦਾ ਆ ਅਤੇ ਤੁਹਾਡਾ ਜਿੰਨਾ ਵੀ ਪੈਸਾ ਵਿਦਡਰੋਅ ਤੁਸੀਂ ਕਰਵਾਓਗੇ ਉਹ ਤੁਹਾਡਾ ਜਿਹੜਾ ਉਸ ਈਅਰ ਦੀ ਇਨਕਮ ਦੇ ਵਿੱਚ ਐਡ ਹੋ ਜਾਣਾ ਹੁੰਦਾ ਹੈ ਅਤੇ ਤੁਹਾਨੂੰ ਟੈਕਸ ਉਸ ਸਾਲ 'ਤੇ ਫਿਰ ਉਸ ਇਨਕਮ 'ਤੇ ਦੇਣਾ ਪੈਂਦਾ ਹੈ ਪਰ ਅਗਰ ਤੁਸੀਂ ਜਿਹੜਾ ਆ ਫਸਟ ਟਾਈਮ ਹੋਮ ਬਾਇਰ ਬਣਦੇ ਹੋ ਅਤੇ ਤੁਹਾਡਾ ਜਿਹੜਾ ਆ ਤੁਹਾਨੂੰ ਇਨਕਮ ਟੈਕਸ ਜਿਹੜੀ ਉਹ ਰਿਬੇਟ ਮਿਲ ਜਾਂਦੀ ਹੈ ਤੁਹਾਡੀ ਇਨਕਮ ਦੇ ਵਿੱਚ ਉਹ ਜਿਹੜਾ ਪੈਸਾ ਆ ਉਹ ਐਡ ਨਹੀਂ ਹੁੰਦਾ ਅਤੇ ਹੁਣ ਜਿੱਦਾਂ ਕਿ ਈਅਰ ਐਂਡ ਹੀ ਚੱਲ ਰਹੇ ਆ ਅਤੇ ਕਾਫੀ ਸਾਰੇ ਲੋਕ ਨੇ ਟੈਕਸ ਜਿਹੜਾ ਉਹਨਾਂ ਨੂੰ ਪੇ ਕਰਨਾ ਪੈ ਰਿਹਾ ਕਾਫੀ ਜਿਹੜੇ ਨੇ ਉਹਨਾਂ ਨੂੰ ਰਿਫੰਡ ਘੱਟ ਮਿਲ ਰਿਹਾ ਆ ਅਤੇ ਆਰ ਆਰ ਐਸ ਪੀ ਜਿਹੜੀ ਆ ਤੁਹਾਡੇ ਸੀ ਆਰ ਏ ਦੇ ਅਕਾਊਂਟ 'ਤੇ ਇੱਕ ਲਿਮਿਟ ਮੈਂਸ਼ਨ ਕੀਤੀ ਹੁੰਦੀ ਆ ਕਿ ਤੁਸੀਂ ਆਰ ਆਰ ਐਸ ਪੀ ਦੇ ਵਿੱਚ ਇੰਨਾ ਪੈਸਾ ਜਿਹੜਾ ਆ ਉਹ ਇਨਵੈਸਟ ਕਰ ਸਕਦੇ ਹੋ ਅਤੇ ਈਅਰਲੀ ਜਿਹੜਾ ਹੁੰਦਾ ਆਪਣੀ ਇਨਕਮ ਦਾ ਕੁਛ ਪਰਸੈਂਟ ਜਿਹੜਾ ਆ ਉਹ ਆਪਾਂ ਆਰ ਆਰ ਐਸ ਪੀ ਦੇ ਅਕਾਊਂਟ ਵਿੱਚ ਪਾ ਸਕਦੇ ਹੁੰਦੇ ਹਾਂ ਅਗਰ ਆਪਾਂ ਕਿਸੇ ਸਾਲ ਨਹੀਂ ਪਾਉਂਦੇ ਤਾਂ ਉਹ ਜਿਹੜੀ ਲਿਮਿਟ ਆ ਜਿਹੜੀ ਉਹ ਤੁਹਾਡੀ ਐਡ ਹੁੰਦੀ ਜਾਂਦੀ ਹੈ ਅਤੇ ਕਿਸੇ ਵੀ ਟਾਈਮ 'ਤੇ ਤੁਸੀਂ ਜਿੰਨਾ ਵੀ ਪੈਸਾ ਆਰ ਆਰ ਐਸ ਪੀ 'ਚ ਪਾਉਣਾ ਹੁੰਦਾ ਤੁਸੀਂ ਉਹ ਪਾ ਸਕਦੇ ਹੁੰਦੇ ਹੋ ਸੋ ਥੈਂਕ ਯੂ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਨੈਕਸਟ ਟਾਈਮ ਜਿਹੜੀ ਆਪਾਂ ਕਿਸੇ ਹੋਰ ਟੋਪਿਕ 'ਤੇ ਜਿਹੜੀ ਆਪਣੀ ਗੱਲਬਾਤ ਕਰਾਂਗੇ ਥੈਂਕ ਯੂ ਸੋ ਮੱਚ